ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਤੇ ਇਹ ਸਾਡੇ ਬਾਬਾ ਜੀ ਹੈਗੇ ਹਰਮੈਨ ਸਿੰਘ ਜੀ ਵੀਰ ਨੂੰ ਜੀ ਅਸੀਂ ਕੱਲ੍ਹ ਲੁਧਿਆਣੇ ਦੁਰਗਾ ਮਾਤਾ ਮੰਦਿਰ ਕੋਲੋਂ ਜੀ ਆਪਣੇ ਮਾਤਾ ਰਾਣੀ ਚੌਂਕ ਦੇ ਵਿੱਚੋਂ ਗੁਰੂ ਨਾਨਕ ਸਟੇਡੀਅਮ 6 ਨੰਬਰ ਗੇਟ ਦੇ ਮੂਹਰੋਂ ਚੱਪੀ ਲੈ ਕੇ ਆਏ ਸੀਗੇ ਅਤੇ ਇਹਨਾਂ ਦੀ ਨਿਊਜ਼ ਲੱਗੀ ਸੀ ਆਪਣੀ ਪੰਜਾਬ ਕੇਸਰੀ ਅਖਬਾਰ ਦੇ ਵਿੱਚ ਅਤੇ ਅਸੀਂ ਮੇਰੇ ਦੋਸਤਾਂ ਨੇ ਪੜ੍ਹੀ ਤਾਂ ਉਹਨਾਂ ਨੇ ਮੈਨੂੰ ਦੱਸਿਆ ਅਤੇ ਅਸੀਂ ਚੈੱਕ ਕਰਿਆ ਜੇਲ ਜਾ ਕੇ ਬਾਬਾ ਜੀ ਦੇ ਹਾਲ ਦੇਖਿਆ 3-4 ਦਿਨਾਂ ਦਾ ਬਾਬਾ ਜੀ ਨੰਗੇ ਹੀ ਪਏ ਸੀ ਉੱਥੇ ਬੜੀ ਮਾੜੀ ਹਾਲਤ ਦੇ ਵਿੱਚ ਜੀ ਅਤੇ ਟੋਇਲਟ ਬਾਥਰੂਮ ਵੀ ਵਿੱਚ ਹੀ ਹੋ ਰਿਹਾ ਸੀ ਇਹਨਾਂ ਦਾ ਜੀ ਇਹਨਾਂ ਨੂੰ ਲੱਕ ਵਾਰਿਆ ਹੋਇਆ ਪੈਰਾਲਾਈਜ਼ ਹੋਇਆ ਹੋਇਆ ਇੱਕ ਬਾਂਹ ਇਹਨਾਂ ਦੀ ਬਿਲਕੁਲ ਜੁੜੀ ਹੋਈ ਹੈ ਜੀ ਅਤੇ ਸਰੀਰ ਬਹੁਤ ਜ਼ਿਆਦਾ ਡਾਊਨ ਹੈ ਜੀ ਐੱਚ ਬੀ ਵੀ ਇਹਨਾਂ ਦਾ 4 ਕੁ ਗ੍ਰਾਮ ਹੀ ਰਹਿ ਗਿਆ ਜੀ ਸਰੀਰ ਦਾ ਅਤੇ ਸਰੀਰ ਦੀਆਂ ਹੱਡੀਆਂ ਬਾਹਰ ਟੁੱਟੀਆਂ ਪਈਆਂ ਬਾਬਾ ਜੀ ਦੀ ਬਹੁਤ ਹੀ ਜ਼ਿਆਦਾ ਮਾੜੀ ਹਾਲਤ 'ਚ ਹੈ ਜੀ ਵੀਰ ਇਹ ਇਹ ਦੱਸਦੇ ਆ ਵੀ ਇਹ ਬਿਹਾਰ ਤੋਂ ਆ ਜੀ ਅਤੇ ਤੰਦੂਰੀਏ ਦਾ ਕੰਮ ਕਰਦੇ ਸੀ ਕਈ ਸਾਲਾਂ ਤੋਂ ਪੰਜਾਬ ਦੇ ਵਿੱਚ ਲੁਧਿਆਣੇ ਇੱਥੇ ਬਹੁਤ ਵਧੀਆ ਤੰਦੂਰ ਦੇ ਕਾਰੀਗਰ ਆ ਜੀ ਅਤੇ ਇਹਨਾਂ ਨੂੰ ਲਕਵਾ ਹੋ ਗਿਆ ਇਹਨਾਂ ਨੂੰ ਸਾਂਭਣ ਵਾਲਾ ਕੋਈ ਨਹੀਂ ਜੀ ਉੱਥੇ ਉੱਥੇ ਪਏ ਸੀ ਜੀ ਲੱਕ ਲੋਹੇ ਦੇ ਪੁਲ ਦੇ ਥੱਲੇ ਪਏ ਸੀਗੇ ਜੀ ਕਈ ਦਿਨਾਂ ਤੋਂ ਬਹੁਤ ਹੀ ਮਾੜੀ ਹਾਲਤ 'ਚ ਆ ਜੀ ਪੀੜ ਇਹ ਅਤੇ ਕੱਲ੍ਹ ਅਸੀਂ ਇਹਨਾਂ ਨੂੰ ਲੈ ਕੇ ਆਏ ਹਾਂ ਰਾਤ ਚੱਕ ਕੇ ਅਤੇ ਅੱਜ ਹੁਣ ਇਹਨਾਂ ਨੂੰ ਹੋਸਪਿਟਲ ਦੇ ਵਿੱਚ ਐਡਮਿਟ ਕਰਵਾਇਆ ਜੀ ਆਹ ਹੈਪੀ ਵੀਰ ਆ ਸਾਡਾ ਜਿਹਨੂੰ ਪਹਿਲਾਂ ਵੀ ਤੁਸੀਂ ਜਾਣਦੇ ਹੋ ਅਤੇ ਇਹ ਸੇਵਾ ਕਰਦਾ ਜੀ ਸਾਰੇ ਕਾਫੀ ਵੀਰਾਂ ਦੀ ਹੈਲਪ ਕਰਵਾਉਂਦਾ ਜੀ ਨਾਲ ਅਤੇ ਹੁਣ ਅਸੀਂ ਇਹਨਾਂ ਦੀਪਕ ਹੋਸਪਿਟਲ ਦੇ ਵਿੱਚ ਲੈ ਕੇ ਆਏ ਹਾਂ ਜੀ ਅਤੇ ਬਹੁਤ ਮਾੜੀ ਹਾਲਤ 'ਚ ਆ ਜੀ ਇਹਨਾਂ ਦਾ ਇਲਾਜ ਚੱਲ ਰਿਹਾ ਜੀ ਅੱਜ ਐਡਮਿਟ ਕਰਵਾ ਲਿਆ ਇਹਨਾਂ ਨੂੰ ਹੋਸਪਿਟਲ ਦੇ ਵਿੱਚ ਡਾਕਟਰ ਸਾਹਿਬ ਨੇ ਅਤੇ ਅਸੀਂ ਵੀ ਤੁਹਾਨੂੰ ਵੀ ਬੇਨਤੀ ਕਰਦੇ ਹਾਂ ਜੀ ਵੀ ਇਹਨਾਂ ਦੀ ਸਿਹਤ ਜਾਬੀ ਵਾਸਤੇ ਅਰਦਾਸ ਕਰੋ ਜੀ ਸਾਰੇ ਜਣੇ ਠੀਕ ਹੋ ਸਕੇ ਜੀ ਇਹ ਗੁਰੂ ਮਹਾਰਾਜ ਕਿਰਪਾ ਕਰਨ ਅਤੇ ਅੱਜ ਦਿਨ ਚੜਿਆ ਜੋਗੇ ਆਪਣੀ ਜ਼ਿੰਦਗੀ ਜੋਗੇ ਹੋ ਜਾਣ ਜੀ ਇਹ ਇਹਨਾਂ ਦੀ ਸਿਹਤ ਠੀਕ ਹੋ ਜਾਵੇ ਇਹਨੇ ਜੋਗੀ ਵੀ ਇਹ ਆਪਣੀ ਜ਼ਿੰਦਗੀ ਜਿਉਂ ਸਕਣ ਜੀ ਗੁਰੂ ਮਹਾਰਾਜ ਕਿਰਪਾ ਕਰਨ ਇਹਨਾਂ ਦੇ ਸੱਚੇ ਪਾਤਸ਼ਾਹ ਜੀ ਸਾਡੀ ਟੀਮ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਸੁਸਾਇਟੀ ਦੀ ਟੀਮ ਲੱਗੀ ਹੋਈ ਹੈ ਜੀ ਸਾਰੇ ਵੀਰ ਅਸੀਂ ਇਹਨਾਂ ਦੀ ਸੇਵਾ ਤਾਂ ਦੇ ਹੀ ਨਿਭਾ ਰਹੇ ਹਾਂ ਗੁਰੂ ਮਹਾਰਾਜ ਅੱਗੇ ਵੀ ਸਾਡੋਂ ਇੱਦਾਂ ਹੀ ਹੱਥ ਸੇਵਾ ਕਰਨਾ ਜੀ ਸਾਡਾ ਨੰਬਰ ਹੈ ਜਿਵੇਂ 97-803-0073 ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।